ਹੁਣ ਚੱਲਦੇ ਆਪਾਂ ਥੋੜਾ ਕਲੋਜ਼ ਓਪੇਰਾ ਹਾਊਸ ਦੇ ਮਿਊਜ਼ਿਕ ਚੱਲ ਰਿਹਾ ਵਾ ਲੋਕ ਖਾ ਪੀ ਰਹੇ ਆ ਫੰਕਸ਼ਨ ਕਰ ਰਹੇ ਆ ਇੱਥੋਂ ਤੱਕ ਇਹ ਟ੍ਰੈਮ ਆਉਂਦੀ ਆ ਫਿਰ ਇੱਥੋਂ ਤੁਰ ਕੇ ਤੁਸੀਂ ਓਪੇਰਾ ਹਾਊਸ ਵੀ ਉੱਧਰ ਜਾ ਸਕਦੇ ਹੋ ਤੁਸੀਂ ਕਰਾਊਡ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਕਰਾਊਡ ਆ ਇੱਥੋਂ ਦੀ ਟ੍ਰੇਨਸ ਦੇਖ ਲਓ ਕਿੰਨੀਆਂ ਸੋਹਣੀਆਂ ਨੇ ਉੱਪਰ ਵੀ ਹੈ ਡਬਲ ਡੈਕਰ ਟ੍ਰੇਨਸ ਨੇ ਥੱਲੇ ਵੀ ਆ ਅਤੇ ਉੱਪਰ ਵੀ ਆ ਕਾਫੀ ਸਾਫ਼ ਸੁਥਰੀਆਂ ਟ੍ਰੇਨਸ ਨੇ ਸੋ ਅੱਜ ਦੇ ਵਲੋਗ ਦੇ ਵਿੱਚ ਆਪਾਂ ਟ੍ਰੇਨ 'ਚ ਵੀ ਸਫ਼ਰ ਕਰਾਂਗੇ ਸੋ ਫਾਈਨਲੀ ਪਹੁੰਚ ਚੁੱਕੇ ਜੀ ਆਪਾਂ ਆਪਣੇ ਸਟੇਸ਼ਨ 'ਤੇ ਸਰਕੂਲਰ ਕੀ ਹੁਣ ਆਪਾਂ ਉਤਰਦੇ ਹਾਂ ਅਤੇ ਚੱਲਦੇ ਹਾਂ ਓਪੇਰਾ ਹਾਊਸ ਅਤੇ ਗਾਈਸ ਹੁਣ ਅਸੀਂ ਸਟੇਸ਼ਨ ਤੋਂ ਬਾਹਰ ਆ ਚੁੱਕੇ ਹਾਂ ਜੀ ਅਤੇ ਹੁਣ ਜਾ ਰਹੇ ਆਪਾਂ ਓਪੇਰਾ ਹਾਊਸ ਵੱਲ ਇੱਥੇ ਕਰਾਊਡ ਦੇਖ ਸਕਦੇ ਹੋ ਹਲੇ ਤਾਂ ਦਿਨ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ 5 ਵਜੇ ਨੇ ਰਾਤ ਨੂੰ ਬਹੁਤ ਜ਼ਿਆਦਾ ਕਰਾਊਡ ਹੁੰਦਾ ਵਾ ਅੱਜ ਵੈਦਰ ਬਿਲਕੁਲ ਓਕੇ ਆ ਬਹੁਤ ਸੋਹਣਾ ਵੈਦਰ ਆ ਹਵਾ ਵੀ ਨਹੀਂ ਜ਼ਿਆਦਾ ਚੱਲ ਰਹੀ ਅਤੇ ਧੁੱਪ ਵੀ ਓਕੇ ਓਕੇ ਆ ਬਹੁਤ ਸੋਹਣਾ ਵੈਦਰ ਇਹਨੂੰ ਕਹਿੰਦੇ ਇੱਥੇ ਕਿ ਬਹੁਤ ਪਰਫੈਕਟ ਵੈਦਰ ਅੱਜ ਉੱਪਰ ਹੀ ਸਟੇਸ਼ਨ ਆ ਅਤੇ ਇੱਧਰੋਂ ਫੈਰੀਆਂ ਚੱਲਦੀਆਂ ਨੇ ਕਰੂਜ਼ ਚੱਲਦੇ ਨੇ ਅਤੇ ਓਪੇਰਾ ਹਾਊਸ ਹੈਗਾ ਇਹ ਬਿਲਡਿੰਗਸ ਦੇ ਉੱਧਰਲੀ ਸਾਈਡ ਇੱਧਰ ਆ ਜੀ ਹਾਰਬਰ ਬ੍ਰਿਜ ਅਤੇ ਉਹ ਸਾਹਮਣੇ ਜੀ ਓਪੇਰਾ ਹਾਊਸ ਅਤੇ ਇੱਧਰ ਤੁਸੀਂ ਟੂਰਿਸਟ ਦੇਖ ਸਕਦੇ ਕਰਾਊਡ ਦੇਖ ਸਕਦੇ ਕਿੰਨਾ ਜ਼ਿਆਦਾ ਵਾ ਇਹ ਥੱਲੇ ਸਾਰੇ ਖਾਣ ਪੀਣ ਦੀਆਂ ਸ਼ੋਪਸ ਨੇ ਮਿਊਜ਼ਿਕ ਚੱਲ ਰਿਹਾ ਵਾ ਲੋਕ ਖਾ ਪੀ ਰਹੇ ਆ ਫੰਕਸ਼ਨ ਕਰ ਰਹੇ ਆ ਦੇਖ ਲਓ ਲਾਈਫ ਇੰਜੋਏ ਕਰ ਰਹੇ ਆ ਚੱਲਦੇ ਆਪਾਂ ਥੋੜ੍ਹਾ ਕਲੋਜ਼ ਓਪੇਰਾ ਹਾਊਸ ਦੇ ਰਾਤ ਨੂੰ ਇੱਥੇ ਓਪੇਰਾ ਹਾਊਸ 'ਤੇ ਲਾਈਟਨਿੰਗ ਵਗੈਰਾ ਵੀ ਹੁੰਦੀ ਆ ਸੋ ਜੇ ਆਪਾਂ ਰਾਤ ਤੱਕ ਇੱਥੇ ਹੋਏ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅਤੇ ਫੁਟੇਜ ਤੋਂ ਆਈਡੀਆ ਲਾ ਸਕਦੇ ਹੋ ਕਿੰਨਾ ਟਾਈਮ ਹੋਇਆ ਵਾ ਸ਼ਾਮ ਦੇ 6:30 ਵੱਜ ਗਏ ਆ ਅਤੇ ਸਨ ਦੇਖੋ ਕਿੱਥੇ ਆ ਇੱਥੇ ਦਿਨ ਢਲਦਾ ਵਾ 9:30 ਵਜੇ ਸੱਚੀ ਦੱਸਾਂ ਯਾਰ ਪਤਾ ਕੀ ਉਦੋਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਿਹੜੀ ਚੀਜ਼ਾਂ ਆਪਾਂ ਫੋਟੋਸ 'ਚ ਦੇਖੀਆਂ ਹੁਣ ਵੀਡੀਓ 'ਚ ਦੇਖੀਆਂ ਛੋਟੇ ਹੁੰਦੇ ਦੇਖਦੇ ਆਏ ਹੁਣ ਕਿ ਸਿਰੇ 'ਚ ਇੱਕ ਓਪੇਰਾ ਹਾਊਸ ਹੈਗਾ ਵਾ ਜਿਹੜੀ ਚੀਜ਼ ਆਪਾਂ ਫੋਟੋਸ 'ਚ ਵੀਡੀਓਸ 'ਚ ਕਿਤਾਬਾਂ 'ਚ ਦੇਖੀ ਹੋਵੇ ਉਹ ਸਾਹਮਣੇ ਤੋਂ ਦੇਖੀਏ ਤਾਂ ਕਾਫੀ ਖੁਸ਼ੀ ਹੁੰਦੀ ਆ ਹੁਣ ਅਸੀਂ ਬੈਠੇ ਜੀ ਓਪੇਰਾ ਹਾਊਸ ਦੇ ਬਿਲਕੁਲ ਸਾਹਮਣੇ ਯਾਰ ਓਪੇਰਾ ਹਾਊਸ ਨਾ ਅੰਦਰ ਕੁਛ ਖਾਸ ਨਹੀਂ ਹੈਗਾ ਬਸ ਇੱਕ ਮਿਊਜ਼ੀਅਮ ਆ ਜਾਂ ਫਿਰ ਕੈਫੇ ਵਗੈਰਾ ਹੈਗੇ ਆ ਰੈਸਟੋਰੈਂਟ ਵਗੈਰਾ ਹੈਗੇ ਆ ਸੋ ਇਹ ਬਸ ਵਿਊ ਬਾਰੋ ਬਾਰੀ ਆ ਸੋ ਪਹਿਲਾਂ ਤਾਂ ਆਪਾਂ ਫੋਟੋਜ਼ ਵੀਡੀਓਜ਼ 'ਚ ਕਿਤਾਬਾਂ ਹੀ ਦੇਖੀਆਂ ਹੁਣ ਤੱਕ ਪਰ ਅੱਜ ਆਪਣੀ ਅੱਖਾਂ ਤੋਂ ਵੀ ਦੇਖ ਲਿਆ ਸੋ ਕਾਫੀ ਵਧੀਆ ਲੱਗ ਰਿਹਾ ਵਾ ਗਾਇਸ ਹੁਣ ਅਸੀਂ ਥੋੜ੍ਹੀਆਂ ਫੋਟੋਸ ਅਤੇ ਵੀਡੀਓਜ਼ ਬਣਾ ਕੇ ਹੁਣ ਆਪਾਂ ਜਾ ਰਹੇ ਹਾਂ ਜੀ ਪਹਿਲਾਂ ਆਪਾਂ ਉੱਧਰ ਸਾਈਡ ਬੈਠੇ ਸੀ ਹੁਣ ਆਪਾਂ ਜਾ ਰਹੇ ਜੀ ਇਸ ਸਾਈਡ ਸੋ ਹੁਣ ਤੁਹਾਨੂੰ ਇੱਧਰੋਂ ਦਿਖਾਉਂਦੇ ਹਾਂ ਹਾਰਬਰ ਬ੍ਰਿਜ ਦਾ ਵਿਊ ਦੇਖੋ
ਹੁਣ ਆਏ ਜੀ ਆਪਾਂ ਵਾਪਸ ਸਟੇਸ਼ਨ ਲੱਗ ਗਏ ਅਤੇ ਇੱਥੋਂ ਪੀਣ ਲੱਗੇ ਆਪਾਂ ਕੌਫੀ ਲਾਟੇ ਅਤੇ ਚਾਏ ਲਾਤੇ ਲੈਸ ਸ਼ੂਗਰ ਪਲੱਸ ਸ਼ੂਗਰ ਪਰ ਹੁਣ ਆਸਟ੍ਰੇਲੀਆ 'ਚ ਆਇਆ 5 ਦਿਨ ਹੋ ਗਿਆ ਸ਼ੂਗਰ 'ਤੇ ਕੰਟਰੋਲ ਕਰ ਲਿੱਤਾ ਗਿਆ ਵਾ ਸੋ ਇੱਥੇ ਆਪਾਂ ਬੈਠੇ ਆ ਥੋੜ੍ਹਾ ਵਿਊ ਇੰਜੋਏ ਕਰਦੇ ਹਾਂ ਆ ਦੇਖੋ ਲੋਕ ਭੱਜੀ ਜਾ ਰਹੇ ਕੋਈ ਆਈ ਜਾ ਰਿਹਾ ਕੋਈ ਜਾਈ ਜਾ ਰਿਹਾ ਅਤੇ ਆਪਾਂ ਫਿਰ ਦੁਬਾਰਾ ਟ੍ਰੇਨ 'ਚ ਬੈਠ ਕੇ ਵਾਪਸ ਜਾਣਾ ਵਾ ਟਾਊਨ ਹਾਲ ਅਤੇ ਉਸ ਤੋਂ ਬਾਅਦ ਜਾਣਾ ਆਪਾਂ ਡਾਰਲਿੰਗ ਹਾਰਬਰ ਹਾਰਬਰ ਆਪਾਂ ਹੁਣ ਕੌਫੀ ਇੰਜੋਏ ਕਰਦੇ ਹਾਂ ਅਤੇ ਫਿਰ ਚੱਲਦੇ ਹਾਂ ਆਪਾਂ ਡਾਰਲਿੰਗ ਹਾਰਬਰ ਇੱਕ ਸਟੇਸ਼ਨ ਪਿੱਛੇ ਸਵਾਦ ਹੈ ਕੌਫੀ ਚਾਏ ਚਾਏ ਲਾਟੇ ਚਾਏ ਲਾਟੇ ਨੋ ਕੌਫੀ ਨੋ ਕੌਫੀ ਇਹ ਕੌਫੀ ਆ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਫੋਨ ਆਪਣਾ 37% ਚਾਰਜ ਹੋ ਚੁੱਕਿਆ ਜੀ ਥੋੜ੍ਹਾ ਜਿਹਾ ਟਾਈਮ ਲਿਮਿਟਡ ਆ ਨਹੀਂ ਤਾਂ ਅਸੀਂ ਫੈਰੀ ਜਾਂ ਇੱਥੋਂ ਫੈਰੀ ਫੜ ਕੇ ਨੌਰਥ ਸਿਡਨੀ ਵੱਲ ਵੀ ਜਾ ਸਕਦੇ ਨੌਰਥ ਸਿਡਨੀ ਵੀ ਕਾਫੀ ਵਧੀਆ ਓਕੇ ਉਹ ਫਿਰ ਕਿਸੇ ਹੋਰ ਦਿਨ ਵੀ ਆਵਾਂਗੇ ਇੱਕ ਦਿਨ ਤਾਂ ਸਭ ਕੁਛ ਕਰ ਨਹੀਂ ਲੈਣਾ ਆਪਾਂ ਸੋ ਤੁਸੀਂ ਟੈਨਸ਼ਨ ਨਹੀਂ ਲੈਣੀ ਹਰ ਕੋਈ ਵਲੋਗ ਆਊਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਕਿ ਕਿਹੜੀ ਕਿਹੜੀ ਲੋਕੇਸ਼ਨ ਜਾਇਆ ਕਰੀਏ ਮੈਨੂੰ ਅੱਗੇ ਵੀ ਮੈਂ ਕਿਹਾ ਸੀ ਕਿ ਮੈਨੂੰ ਪਲੀਜ਼ ਕਮੈਂਟ ਕਰਕੇ ਦੱਸੋ ਕਿ ਵੀਰਾ ਕਲਿੱਪ ਨਾ ਕੱਟੇ ਕਿ ਮੈਂ ਵੀਰੇ ਨੂੰ ਇੱਥੇ ਪਰਮਾਨੈਂਟ ਰੱਖ ਲਵਾਂ ਕਿ ਨਹੀਂ ਬੋਲੋ ਬੋਲੋ ਮੈਂ ਅਸੀਂ ਤਾਂ ਚੱਲੇ ਸੀ ਸਟੇਸ਼ਨ ਕਿਉਂਕਿ ਟਾਊਨ ਹਾਲ ਜਾਣਾ ਆਪਾਂ ਡਾਰਲਿੰਗ ਹਾਰਬਰ ਇੱਧਰ ਸਟੋਲ ਵਗੈਰਾ ਲੱਗੇ ਖਾਣ ਪੀਣ ਦੇ ਤੁਸੀਂ ਦੇ ਸਕਦੇ ਹੋ ਕਰਾਊਡ ਕਿੰਨਾ ਜ਼ਿਆਦਾ ਵਾ ਦੇਖੋ ਲਿਖਿਆ ਹੋਇਆ ਵਾ ਸਪਾਈਸੀ ਚੈਰੀ ਟੋਮੈਟੋ ਗਨੋਚੀ ਬਰਗਰ ਕਿੰਗ ਟਰਾਈ ਕਰਨਾ ਨਹੀਂ ਹੋਰ ਕਿਸ ਦਿਨ ਕਰਾਂਗੇ ਅੱਜ ਆ ਕਰੀਏ ਕੁਛ ਟਰਾਈ ਇਹ ਕਰਦੇ ਟਰਾਈ ਯਾਰ ਆ ਦੇਖਿਓ ਉਧਰ ਤੱਕ ਆ ਆਈ ਥਿੰਕ ਇਹ ਵਧੀਆ ਕੁਛ ਇਹ ਸਟੋਲ ਦੀ ਲਾਈਨ ਦੇਖਿਓ ਕਿੰਨੀ ਲੰਬੀ ਆ ਇੱਥੇ ਆਪਾਂ ਇਸ ਟਾਈਮ ਹੈਗੇ ਆ ਇਹ ਲਾ ਲਓ ਕਿ ਅੰਮ੍ਰਿਤਸਰ ਦੀ ਰੇਹੜੀ ਮਾਰਕੀਟ ਲੱਗੀ ਹੋਈ ਆ ਇੱਧਰ ਸਾਰੇ ਖਾਣ ਪੀਣ ਦੇ ਸਟੋਲ ਲੱਗੇ ਹੋਏ ਆ ਪਰ ਸਭ ਤੋਂ ਜ਼ਿਆਦਾ ਫੇਮਸ ਸਟੋਲ ਆ ਸਾਹਮਣੇ ਵਾਲਾ ਵਾ ਉਹ ਸਾਹਮਣੇ ਜਿਹੜਾ ਸਟੋਲ ਆ ਉਹਦੀ ਲਾਈਨ ਇੱਥੋਂ ਤੱਕ ਆ ਸੋ ਜਿਹੜੀ ਟ੍ਰੈਮ ਦੀ ਮੈਂ ਗੱਲ ਕਰ ਰਿਹਾ ਸੀ ਉਹ ਆ ਲਾਈਟ ਰੇਲ ਇਹ ਸਿਟੀ ਦੇ ਅੰਦਰ ਅੰਦਰ ਚੱਲਦੀ ਆ ਇਹਦੀ ਸਪੀਡ ਵੀ ਬਹੁਤ ਘੱਟ ਹੁੰਦੀ ਆ 10 ਵੀ 10 ਵੀ ਜੇ ਤੁਸੀਂ ਵੋਕ ਨਹੀਂ ਕਰਨਾ ਚਾਹੁੰਦੇ ਸਿਟੀ ਦੇ ਵਿੱਚ ਹਾਂਜੀ ਅਤੇ ਤੁਸੀਂ ਇਹਨੂੰ ਲੈ ਕੇ ਤਾਂ ਸਿਟੀ ਸਾਰਾ ਘੁੰਮ ਫਿਰ ਸਕਦੇ ਹੋ ਜੇ ਇੱਕ ਜਗ੍ਹਾ ਤੋਂ ਜਿਵੇਂ ਲਾ ਲਓ ਕਿ ਤੁਸੀਂ ਉਹ ਬਿਲਡਿੰਗ ਦੇ ਓਪੋਜਿਟ ਜਾਣਾ ਵਾ ਵੋਕ ਨਹੀਂ ਕਰਨੀ ਤਾਂ ਤੁਸੀਂ ਲਾਈਟ ਰੇਲ ਲੈ ਸਕਦੇ ਲਾਈਟ ਰੇਲ ਲੈ ਸਕਦੇ ਸੇਮ ਉੱਥੇ ਕਾਰ ਟੈਪ ਕਰਕੇ ਅਤੇ ਤੁਸੀਂ ਸਿੱਧਾ ਇਹਦਾ ਰੈਂਟ ਕਿੰਨਾ ਹੁੰਦਾ ਵਾ ਰੈਂਟ ਵਗੈਰਾ ਕੁਛ ਨਹੀਂ ਬਸ ਉਹੀ ਟਿਕਟ ਹੀ ਹੈ ਜੀ ਟਿਕਟ ਕਿੰਨੀ ਮਤਲਬ ਡਿਪੈਂਡ ਕਰਦਾ ਤੁਸੀਂ ਕਿੱਥੇ ਜਾਣਾ ਬਟ ਰਫਲੀ ਐਸਟੀਮੇਟ ਤੁਹਾਨੂੰ ਦੇ ਸਕਦਾ ਹਾਂ $3-4 ਦੇ ਰੌਲੀ ਹੋਊਗਾ ਓਕੇ ਖਾਸ ਜ਼ਿਆਦਾ ਨਹੀਂ ਹੋਊਗਾ ਸਹੀ ਹੈ ਯਾਰਾ ਦੇਖਿਓ ਇੱਥੋਂ ਤੱਕ ਇਹ ਟ੍ਰੈਮ ਆਉਂਦੀ ਹੈ ਫਿਰ ਇੱਥੋਂ ਤੁਰ ਕੇ ਤੁਸੀਂ ਓਪੇਰਾ ਹਾਊਸ ਵੀ ਉੱਧਰ ਜਾ ਸਕਦੇ ਹੋ ਵੋਕਿੰਗ ਡਿਸਟੈਂਸ ਵੀ ਕੋਈ ਜ਼ਿਆਦਾ ਨਹੀਂ ਆ 5 ਮਿੰਟ ਦਾ ਵੋਕਿੰਗ ਡਿਸਟੈਂਸ ਆ ਓਪੇਰਾ ਹਾਊਸ ਤੱਕ ਸੋ ਕਾਫੀ ਵਧੀਆ ਚੀਜ਼ ਹੈ ਯਾਰ ਅੱਜ ਆਪਾਂ ਘੁੰਮ ਰਹੇ ਹਾਂ ਇੱਧਰ ਡਾਊਨ ਟਾਊਨ ਏਰੀਏ 'ਚ ਅਤੇ ਹੁਣ ਥੋੜ੍ਹੀ ਠੰਡ ਲੱਗ ਲੱਗ ਪਈ ਹਵਾ ਚੱਲਣ ਲੱਗ ਪਈ ਜਿਵੇਂ ਜਿਵੇਂ ਸ਼ਾਮ ਹੋਈ ਜਾ ਰਹੀ ਆ ਉਵੇਂ ਠੰਡ ਵੱਧਦੀ ਜਾ ਰਹੀ ਆ ਸੀਤ ਲਹਿਰ ਸ਼ੁਰੂ ਹੋ ਹੁਣ ਆਪਾਂ ਸਾਰੀ ਮਾਰਕੀਟ ਘੁੰਮ ਕੇ ਜਿਹੜੀ ਵੀ ਫੂਡ ਸਟੋਰ ਲੱਗੇ ਆ ਸੋ ਇੱਥੋਂ ਤਾਂ ਸਾਨੂੰ ਕੁਝ ਪਸੰਦ ਨਹੀਂ ਆਇਆ ਕਿਉਂਕਿ ਇਹ ਸਾਰੇ ਹੌਟ ਡੌਗ ਆ ਹੌਟ ਡੌਗ ਖਾਣ ਨਾਲ ਤਾਂ ਮੁਕਾਬਲੇ ਖਾ ਲਈਏ ਸਾਰੇ ਵੀਰਾ ਹੌਟ ਡੌਗ ਪਸੰਦ ਨਹੀਂ ਕਰਦਾ ਸੋ ਵੀਰਾ ਕਹਿੰਦਾ ਰਹਿਣ ਦੇ ਹੌਟ ਡੌਗ ਖਾ ਕੇ ਤਾਂ ਪੇਟ ਖਰਾਬ ਕਰਨ ਵਾਲਾ ਕੰਮ ਆ ਸੋ ਮੈਕਡੀ ਖਾਈਏ ਹੁਣ ਆਪਾਂ ਮੈਕਡੀ ਖਾ ਲੈਂਦੇ ਚਲੋ ਹੁਣ ਆਪਾਂ ਚੱਲਦੇ ਹਾਂ ਮੈਕਡੀ ਰਸ਼ ਕਿੰਨਾ ਯਾਰ ਰਸ਼ ਦੇਖਿਓ ਕਿੰਨਾ ਵਾ ਯਾਰ ਇੱਕ ਤਾਂ ਮੇਰੇ 14 ਪ੍ਰੋ ਦੇ ਕਾਫੀ ਦਿੱਕਤ ਆ ਰਹੀ ਵੀਡੀਓ ਬੰਦ ਦੀ ਬੰਦੀ ਆਪੇ ਬੰਦ ਹੋ ਜਾਂਦੀ ਆ ਤੇ ਹੁਣ ਆਪਾਂ ਆ ਗਏ ਜੀ ਮੈਕਡੀ ਦੇ ਅੰਦਰ ਤੀ ਕਰਾਊਡ ਦੇਖ ਸਕਦੇ ਕਿੰਨਾ ਜ਼ਿਆਦਾ ਕਰਾਊਡ ਆ ਤੇ ਹੁਣ ਆਪਾਂ ਸੈਲਫ ਆਰਡਰ ਕਰਾਂਗੇ ਤੇ ਆਸਟ੍ਰੇਲੀਆ ਦਾ ਮੈਕਡੀ ਫਸਟ ਟਾਈਮ ਟਰਾਈ ਕਰਾਂਗੇ ਸੋ ਮੈਂ ਆਰਡਰ ਕਰ ਲੈਣ ਫਿਰ ਸਾਡੀ ਵਾਰੀ ਹਾਲੇ ਤਾਂ ਆਪਾਂ ਵੀਕਡੇ 'ਚ ਆਏ ਹਾਂ ਜੇ ਵੀਕਐਂਡ ਦੇ ਉਹਨੇ
ਤਾਂ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੋਣੀ ਬੰਦਾ ਬੰਦੇ ਦੇ ਉੱਪਰ ਹੋਣਾ ਪਰ ਆਪਾਂ ਵੀਕ ਡੇ ਤੇ ਆਏ ਤਾਂ ਕਰਕੇ ਥੋੜਾ ਕਰਾਊਡ ਘੱਟ ਆਲਰੇਡੀ ਹਾਲ ਦੇਖੋ ਆਪਾਂ ਬੈਠਾਂਗੇ ਕਿੱਥੇ ਚਲੋ ਜੀ ਚਲੋ ਥੈਂਕ ਯੂ ਹੁਣ ਸਾਡੀ ਵਾਰੀ ਆ ਆਰਡਰ ਕਰਨ ਦੀ ਫਾਈਨਲੀ ਸਾਡੀ ਵਾਰੀ ਆ ਗਈ ਤੇ ਸਟਾਰਟ ਆਰਡਰ हुण असीं मैकडी ऑर्डर कर दिता होया जी अद्धे घंटे की वेट करनी पैनी आ क्योंकि रश बहुत ज़्यादा वा तुसीं देख सकदे हो जिवें जिवें शाम होई जा रही है रात होई जा रही है उवें उवें क्राउड वधी जा रहा वा हुण जाके देखदे हां अंदर ही वेट करदे हां साडा ऑर्डर पिया हुण छड्डा ही होऊगा चलो जी साडा ऑर्डर नंबर हैगा 70 टाइम पहला का रेडी हुआ चलो चलो कोई नहीं आ ले लिए ना पूरी 100 ले लो सो फाइनली गाइस साडा ऑर्डर रेडी हो चुका वा काफी देर दा ऑर्डर रेडी ही बट जेडी सानू रिसिप्ट मिली ही और ते ऑर्डर नंबर 70 लिखा ही ते इथे चल रिया 170 आपा किन्नी वेट वेट कीती अई अद्धा पौना घंटा वेट कीती देख लो उन्होंने मेनू कहया मेरा तो मुंह बन गया इदां इत्थे मैं देता रह गया यार तुहाडा ऑर्डर कोदा रेडी होया गलती उन्होंने ना रिसिप्ट ते आ देखो सामने ਤੁਹਾਡੇ ਸ਼ੋ ਹੋ ਰਹੀ ਹੈ 70 ਨੰਬਰ ਲਿਖਿਆ ਵਾ पर इत 170 है उन्हें दस नहीं चलो हम कोई गल नहीं ऑर्डर रेडी हो गया भाई जी ये वा देखियो कि अरे चिप्सा फ्रेंच फ्राइज की जगह आप सैलड ऑर्डर कर लिया ही थोड़ा कम हेल्दी रखिया चलो हम खाने तो फिर तुम मिलते हैं सो बर्गर तो खा लिया हो जी ऑस्ट्रेलिया का मैकडी अच पहली बार ट्राई किया वा बहुत ही ज्यादा टेस्टी बहुत ही ज्यादा लाइट बर्गर ही सो फ्रेंच फ्राइज की जगह आप सैलड कर लिया ही ते नाल ड्रिंक पर ड्रिंक मैं हाल नहीं पीनी क्योंकि मैनू आया वा फटाफट खाइए फिर बाहर जाके फिर आ ड्रिंक इंजॉय कर दे है फेंटा कोक नालों मैं ज्यादा फेंटा पसंद करता फेंटा गुड कोक नालों हुण साडा डार्लिंग हार्बर वाला प्लैन कैंसल हो गया क्योंकि जिहड़ा उत्थे शो ही ओह 9 बजे होना मतलब टाइम 8:30 हो चुके ने सानू उत्थे पहुंचदे 9:15 वज जाणे तां करके हुण आपां वापस जा रहे हां जी रेड फन सिर्फ 10-15 मिंट दा ही होणा 10 मिंट दा ही सो आपां कैंसल करता कोई खास नहीं फिर आपां किसे दिन आवांगे डार्लिंग हार्बर जे कदे आपणा सबब बणिया ते आपां कोई छोणी आपां उस साइड फिर आवांगे क्योंकि सिटी दा हुण आपां घूम लेणा सो एज वेल होज तुहानू आपां आ सारा विखाता ओपेरा हाउस विखाता हार्बर ब्रिज हो गया हुण आपां वापस जा रहे हां जी ट्रेन फड़ के मैं बस कहण लगा ही ट्रेन फड़ के आप जाना वा रेड फन उतो गड्डी चक के फिर आप किरवी सीधा करे किरवी तीन माहौल चल देख सकते हो जी मार्केट च आप घूम फिर रहे ही वो ये है जी और देखो एक तरह का यह आस्ट्रेलिया का मेला वा हुण बस साडी बस फिर बस कह रहे वा हुण बस साडी ट्रेन 2 मिनट च आ रही है ते 5-10 मिनट च आप अपने रेड फोन वाले स्टेशन पर पहुंच जाना वा आ देख लो ट्रेन चलती तो पता भी नहीं लगता आवाज भी नहीं थोड़ी थोड़ी हिलती है पर इन्ना ज्यादा फील नहीं होता चलो इस बारे ट्रेन भी
ਓਪੇਰਾ ਹਾਊਸ ਤੇ ਹਾਰਬਰ ਬ੍ਰਿਜ ਦਿਖਾ ਸਕੇ ਆ। ਰੈਡ ਫਨ ਸਟੇਸ਼ਨ ਤੇ ਪਹੁੰਚ ਚੁੱਕੇ ਹਾਂ ਤੇ ਇੱਥੇ ਬਸ 5 ਮਿੰਟ ਦੀ ਵੋਕ ਆ ਜਿੱਥੇ ਆਪਾਂ ਗੱਡੀ ਪਾਰਕ ਕੀਤੀ ਆ। ਹੁਣ ਚੱਲਦੇ ਹਾਂ ਗੱਡੀ ਚੱਕਦੇ ਤੇ ਫਿਰ ਵਾਪਸ ਘਰ ਨੂੰ। ਹੋਰ ਹੁਣ ਘਰ ਦੀਆਂ ਟ੍ਰੇਨਾਂ, ਉੱਥੇ ਟ੍ਰੇਨਾਂ ਦੇਖ ਲਓ ਡਬਲ ਡੈਕਰ ਆ, ਦੇਖੋ ਕਿੰਨਾ ਥੋੜਾ ਗੈਪ ਆ ਨਾ। ਹਾਂ ਦੇਖਿਓ ਥੋੜਾ ਜਿਹਾ ਗੈਪ ਆ ਦੇਖੋ ਨਾਲ ਥੱਲੇ। ਜਦੋਂ ਤੁਸੀਂ ਥੱਲੇ ਵਾਲੇ ਡੈਕ ਥੱਲੇ ਵਾਲੇ ਪਾਸੇ ਬਹਿੰਦੇ ਆ ਨਾ, ਤੁਹਾਨੂੰ ਇੱਦਾਂ ਲੱਗਦਾ ਜਿੱਦਾਂ ਨਾਲ ਹੀ ਚੀਰ ਦੀ ਜਾਂਦੀ। ਵਧੀਆ ਟ੍ਰੇਨਾਂ ਨੇ ਇੱਥੋਂ ਦੀਆਂ, ਸਾਫ਼ ਸੁਥਰੀਆਂ। ਸੋ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਆਪਣੀ ਕਾਰ ਦੇ ਕੋਲ ਜਿੱਥੇ ਆਪਾਂ ਪਾਰਕ ਕੀਤੀ ਸੀ। ਇਸ ਟਾਈਮ ਠੰਡ ਹੋ ਗਈ ਬਹੁਤ ਜ਼ਿਆਦਾ, ਹੁਣ ਜੈਕਟ ਪਾ ਲਈਏ। ਆਪਾਂ ਬੜੇ ਟਾਈਮ ਸਿਰ ਪਹੁੰਚ ਗਏ ਜੀ, ਥੋੜ੍ਹੀ ਜਿਹੀ ਗੱਡੀ ਲੈ ਕੇ ਠੋਕਰੀ ਦਿੱਤੀ ਵਿੱਚ। ਅੱਜ ਦੇ ਵਲੋਗ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਹੋਪ ਕਰਦੇ ਤੁਹਾਨੂੰ ਵਲੋਗ ਵਧੀਆ ਲੱਗਾ, ਜੇ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਟਿਲ ਦੈਨ ਬਾਬਾ ਟੇਕ ਕੇਅਰ, ਹੁਣ ਸਿੱਧਾ ਘਰ ਜਾ ਰਹੇ ਹਾਂ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ। ਇੱਦਾਂ ਪਿਆਰ ਕਰਦੇ ਰਹੋ, ਸਪੋਰਟ ਕਰਦੇ ਰਹੋ, ਰੱਬ ਰਾਖਾ।